ربك لا يؤمنون حتى يحكموك فيما شجر بينهم ثم لا يجدوا في أنفسهم حرجا مما قضيت ويسلموا تسليما. Allah ਫਰਮਾ ਦੇ ਮਹਬੂਬਾ ਮਨੂੰ ਤੇਰੇ ਰੱਬ ਦੀ ਕਸਮ ਮਨੂੰ ਤੇਰੇ ਰੱਬ ਦੀ ਕਸਮ ਉਨੀ ਦੇਰ ਤੱਕ ਕੋਈ ਮੂਮਨ ਹੋ ਸਕਦਾ ਹੀ ਨਹੀਂ ਉਨੀ ਦੇਰ ਤੱਕ ਕੋਈ ਮੁਸਲਮਾਨ ਹੋ ਸਕਦਾ ਹੀ ਨਹੀਂ ਕਿ ਜਿਸ ਮਸਲੇ ਦੇ ਅੰਦਰ ਤੁਸੀਂ ਫੈਸਲਾ ਕਰ ਦਿਓ ਤੇ ਉਹ ਫੈਸਲੇ ਨੂੰ ਮੰਨਦਾ ਹੀ ਨਾ. ਇਸ ਐਤ ਨੇ ਦੱਸਿਆ ਫੈਸਲਾ ਮੰਨ ਨਹੀਂ ਲੈਂਦਾ, ਫੈਸਲਾ ਮੰਨ ਨਹੀਂ ਲੈਂਦਾ, ਪਰ ਦਿਲ ਦੇ ਅੰਦਰ ਕੀ ਹੁੰਦਾ, ਆਵਾਜ਼ਾਰ ਹੁੰਦਾ, ਦਿਲ ਦੇ ਅੰਦਰ ਜਿੰਦਗੀ ਮਹਿਸੂਸ ਕਰਦਾ, ਦਿਲ ਦੇ ਅੰਦਰ ਕਿੰਨਾ ਪਰੇਸ਼ਾਨੀ ਮਹਿਸੂਸ ਕਰਦਾ. ਫਰਮਾਇਆ ਇਹ ਵੀ ਮੂਮਨ ਨਹੀਂ. ਆਖਿਆ ਮੂਮਨ ਉਹ ਹੈ ਜੋ ਪੈਗੰਬਰ ਕਿਸੇ ਮਸਲੇ ਦੇ ਬਾਰੇ ਫੈਸਲਾ ਕਰਦਨ. ਇਹ ਮਿਨ ਮਾਨ, ਕਿਉਂਕਿ ਇਹਨੇ ਲਾ ਇਲਾਹਾ ਇਲਾ ਮੁਹੰਮਦ ਰਸੂਲਾ ਪੜਿਆ, ਉਸੇ ਵਕਤ ਪੈਗੰਬਰ ਦੀ ਬਾਤ ਲੱਭੈ ਕਹਿੰਦਾ ਹੈ. ਇਹ ਪਿਆਰੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਸਹਾਬਾ ਦਾ ਸਾਰੀ ਜ਼ਿੰਦਗੀ ਇਹ ਤਰੀਕਾ ਰਿਹਾ, ਇਹ ਨਮੂਨਾ ਰਿਹਾ. ਆਕਾ ਅਲੈਹਿ ਸਲਾਤੋ ਵਸਲਾਮ ਜਦੋਂ ਵਫਾਤ ਪਾ ਗਏ ਨਾ, ਤੇ ਕੋਈ ਆਂਦਾ ਕਿ ਜਿਹਨੇ ਕਿਹਾ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਵਫਾਤ ਪਾ ਗਏ ਨੇ, ਮੈਂ ਤਲਵਾਰ ਦੇ ਨਾਲ ਉਹਦੀ ਗਰਦਨ ਉਡਾ ਦਿਆਂਗਾ. ਕੋਈ ਇੰਜ ਕਹਿ ਰਿਹਾ, ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਹੀਂ ਰਹਿ, ਹੁਣ ਸਾਨੂੰ ਵੀ ਦੀਨ ਤੇ ਚੱਲਣ ਦੀ ਕੋਈ ਜ਼ਰੂਰਤ ਨਹੀਂ. ਅਬੂ ਬਕਰ ਸਦੀਕ ਰਜ਼ੀ ਅੱਲਾਹੁ ਤਾਲਾ ਅਨੁਹਾਏ ਕੁਰਾਨ ਦੀ ਆਯਾਤ ਦੀ ਤਲਾਵਤ ਕੀਤੀ, ਵਮਾ ਮੁਹੰਮਦੁਨ ਇਲਾ ਰਸੂਲ ਕਦ ਖਲਤ ਮਿਨ ਕਬਲ رسول افا امات او قتلا قلبتم على اعقابكم ومن ينقلب على عقبيه. کہ محمد صرف اللہ دے رسول سن، آپ تو پہلو بھی رسول آئے، آئے تے اپنے وقت دے نال سارے چلے گئے. اگر آپ وفات پا جان یا شہید ہو جان، اگر تسی دین نو چھڑ دیتا تے نقصان کیدا کرو گے؟ ਤੇ ਹਦੀਸ ਪੜੀ, ਇਨਕਾ ਮਯਤੂ ਵਾ ਇਨਹੁਮ ਮਯਤੂਨ. ਆਖਿਆ ਮਹਬੂਬਾ ਤੁਸੀਂ ਵੀ ਫੋਤ ਹੋਣ ਵਾਲੇ ਹੋ, ਇਹ ਤੁਹਾਡੇ ਦੁਸ਼ਮਣ ਵੀ ਫੋਤ. ਕਿਆਮਤ ਆਏਗੀ ਤੇ ਆਪਣਾ ਆਪਣਾ ਅੰਜਾਮ ਆਪ ਹੀ ਵੇਖ ਲੋਗੇ. ਇਹ ਯਾਦ ਪੜੀਆਂ ਹਦੀਸ ਨਾਈ ਤੇ ਸਹਾਬਾ ਇਕਰਾਮ ਨੇ ਉਸੇ ਵੇਲੇ ਕੀ ਕੀਤਾ, ਮੰਨ ਲਿਆ. ਇਸ ਬਾਅਦ ਬਾਬਾ ਸ਼ਾਮ ਰਹਿਮ ਕਹਿੰਦੇ ਨੇ, ਆਂਦੇ ਪਾਕ ਨਬੀ ਦੇ ਸੰਗ ਜਿਹਦਾ ਪਿਆਰ ਹੋ ਗਿਆ ਭਾਵੇਂ ਲੱਖ ਗੁਨਾਗਾਰ ਬੇੜਾ ਪਰ. ਉੱਚੀ ਵਾਰ ਨਾ ਪੜਿਆ ਕਰੋ, ਬੜੇ ਸਾਥੀ ਆਏ ਨਾ ਅੱਜ ਪਹਿਲੇ ਦਿਨ. ਭਾ ਇਹ ਆਂਦੇ ਵਹਾਬੀ ਨਬੀ ਦੀ ਸ਼ਾਨ ਬਿਆਨ ਕਰਦੀ ਕੋਈ ਨਹੀਂ ਹੈ, ਅਗਰ ਬਜ਼ੁਰਗ ਆਂਦੇ ਕਿ ਨਹੀਂ ਆਉਂਦੇ, ਪੁੱਛ ਲਓ. ਆਂਦੇ ਨਬੀ ਦੇ ਬੇਅਦਬ ਨੇ, ਨਬੀ ਦੇ ਗੁਸਤਾਖ ਨੇ. ਸਾਡਾ ਤੇ ਉਹਨਾਂ ਦਾ ਸਿਰਫ ਇੰਨਾ ਫਰਕ ਹੈ, ਅਸੀਂ ਆਂਦੇ ਜ਼ਬਾਨੀ ਦਾਅਵਿਆਂ ਦੇ ਨਾਲ ਨਜਾਤ ਨਹੀਂ ਮਿਲਦੀ. ਅੱਲਾਹ ਜ਼ੁਲ ਜਲਾਲ ਦੀ ਕਸਮ ਹੈ, ਅਬੂ ਜਹਲ ਵੀ ਨਬੀ ਦੀ ਅਜ਼ਮਤ ਦਾ ਇਤਰਾਫ਼ ਕਰਦਾ. ਅਬੂ ਜਹਲ ਅਬੂ ਲਹਿਬ ਮੱਕੇ ਤੇ ਦੁਸ਼ਮਣ ਵੀ ਆਪ ਦੀ ਸ਼ਾਨ ਦਾ ਇਤਰਾਫ਼ ਕਰਦੇ, ਆਪ ਨੂੰ ਸਾਦਕ ਆਂਦੇ, ਆਪ ਨੂੰ ਅਮੀਨ ਆਂਦੇ, ਆਪ ਨੂੰ ਦਿਆਨਤਦਾਰ ਆਂਦੇ. ਆਂਦੇ ਮੁਹੰਮਦ ਪੂਰੇ ਮੱਕੇ ਦੇ ਅੰਦਰ ਤੇਰੇ ਨਾਲ ਦਾ ਅਖਲਾਕ ਕਿਸੇ ਦਾ ਹੈ ਹੀ ਨਹੀਂ, ਤੇਰੇ ਨਾਲ ਮਿੱਠੀ ਜ਼ਬਾਨ ਕਿਸੇ ਦੀ ਹੈ ਹੀ ਨਹੀਂ. ਅੱਲਾਹ ਪਾਕ ਨੇ ਕੁਰਾਨ ਦੇ ਅੰਦਰ ਇਰਸ਼ਾਦ ਫਰਮਾਇਆ, ਫਇਨਹੁਮ ਲਾ ਯੁਕਜ਼ਿਬੂਨਕਾ ਵਲਾਕਿਨ ਜ਼ਾਲਿਮੂਨ ਬਿਆਯਾਤਿਲਾ ਯਜਹਦੂਨ. ਆਖਿਆ ਮਹਬੂਬਾ, ਇਹ ਜ਼ਾਲਮ ਤੈਨੂੰ ਨਹੀਂ ਝਟਲਾਉਂਦੇ, ਤੇਰੀ ਸ਼ਾਨ ਦਾ ਇਨਕਾਰ ਨਹੀਂ ਕਰਦੇ. ਜੇ ਤੂੰ ਅੱਲਾਹ ਦੀ ਆਯਾਤ ਪੜ ਕੇ ਤੌਹੀਦ ਦਾ ਐਲਾਨ ਕਰਨਾ, ਤੌਹੀਦ ਦਾ ਸਬਕ ਦੱਸਣਾ ਕਿ ਗੈਰਾਂ ਨੂੰ ਛੱਡ ਕੇ ਇੱਕੋ ਅੱਲਾਹ ਨਾਲ ਤਲਕ ਜੋੜ ਲਓ, ਤੇ ਉਦੋਂ ਮਹਬੂਬਾ ਤੇਰੀ ਮੁਖਾਲਫਤ ਕਰਦੇ ਨੇ, ਤੇਰੇ ਦੁਸ਼ਮਣ ਹੁੰਦੇ ਨੇ. ਅੱਲਾਹ ਜ਼ੁਲ ਜਲਾਲ ਦੀ ਕਸਮ ਹੈ, ਨਬੀ ਦੀ ਜ਼ਾਤ ਦੇ ਉੱਤੇ, ਨਬੀ ਪਾਕ ਨੇ ਮੱਕੇ ਦੇ ਅੰਦਰ ਕਿੰਨੇ ਸਾਲ ਜ਼ਿੰਦਗੀ ਗੁਜ਼ਾਰੀ ਹੈ, ਨਬੂਤ ਬਿਨਾਂ ਤੋਂ ਵੇਖ ਲਓ 40 ਸਾਲ. ਮੈਂ ਸਵਾਲ ਦਾ ਚੈਲੰਜ ਕਰਨਾ, ਮੁਸਲਿਮ ਗੈਰ ਮੁਸਲਿਮ ਕੋਈ ਮੁਅੱਲਫ ਕਿਸੇ ਨਬੀ ਦੀ ਜ਼ਿੰਦਗੀ ਵੱਲ ਇੰਜ ਉਂਗਲੀ ਨਹੀਂ ਉਠਾਈ, ਯਾਨੀ 40 ਸਾਲਾਂ ਜ਼ਿੰਦਗੀ ਦੇ ਅੰਦਰ ਇੰਜ ਉਂਗਲੀ. ਪਰ ਆਪ ਨੇ ਜੋ ਤਹੀਰ ਦਾ ਸਬਕ ਪੜ੍ਹਾਉਣਾ ਸ਼ੁਰੂ ਕੀਤਾ, ਸ਼ਿਰਕ ਦੇ ਮੁਤਲਕ ਦੱਸਿਆ, ਇਹ ਜ਼ਾਲਮ ਆਪ ਦੇ ਕੀ ਬਣ ਗਏ ਨੇ,
میرا موضوع یہ نہیں مگر نہ میں تفصیل بیان کرتا، میرا اجدا موضوع یہ ہے کہ نجات کامیابی کے اندر ہے، نبی دی تابعداری دی اندر، نبی دی اطاعت دی اندر. تے میں بابے سمسام رحمت اللہ شعر پڑھیا، نے پاک نبی دے سنگ جدا پیار ہو گیا، پاوے لکھ گناہگار بیڑا. آواز اچھی آواز کر دیا کرو. ہاتھ نبی دے پھرائی جنہیں نت اپنی، سکا بیان نہیں، ہاتھ نبی دے پھرائی جنہیں نت اپنی، گل کت اپنی تے ست اپنی، پاس پیچھے پیچھے چلا پیار ہو گیا، پاک نبی دے سنگ جدا پیار ہو گیا، پاوے لکھ گناہگار بیڑا پار ہو گیا. اس واسطے اللہ جل جلال دی قسم ہے، ساڈی دعوت کسے بزرگ وال نہیں، ساڈی دعوت کسے بستی وال نہیں، ساڈی دعوت کسے عالم دین وال نہیں، ساڈی دعوت کسے مجدد وال نہیں. ساڈا تے اعلان ہے، ساڈا تے پیغام ہے، پھڑ لو دامن یارو مکی مدنی پیر دا. اللہ جل جلال دی قسم ہے، اے اعزاز اے مقام صرف اہل حدیث نو ہی حاصل ہے. کوئی اعلان نہیں کر سکتا، کوئی دس والی جم کے بھی آئیے اے فکرے منہ تو نہیں کر سکتا. دامن پھڑ لو یارو مکی مدنی پیر دا، خیرا چھڑ دو ہور پیر تے فقیر دا. جدو یہ بات کی، اے ولیاں دے بے ادب نے، کی آنے ولیاں دے بے ادب نے، ولیاں دے گستاخ نے. اللہ ذوال جلال دی قسم ہے، جتھے نبی دی بات آئے، نبی دا حکم آئے، اللہ دے قرآن دا حکم آئے، بڑے تو بڑا بھی ہوئے اسی اودی گل نو کوئی حیثیت دین دے نہیں. اٹھواں سپارا سورۃ اعراف، اٹھویں سپارے دی ابتدائی ہے. اللہ فرماتا ہے اتبعوا ما انزل الیکم من ربکم ولا تتبعوا من دونہ اولیاء. اللہ فرماتا تابعہ داری کرو، کی کرو، کدی تابعہ داری کرو، جو رب دی طرفوں اتر دے نازل تلفاظ کی نا، ولا تتبعوا کی تدمہ، نہ تابع داری کرو، من دون ہی اولیاء، من دون ہی یعنی اولیاء دی اللہ اور اس رسول دے مقابلے تے تابع داری. ایک شاعر نا اپنے الفاظ اندر بڑے پیارے انداز نا یہ ترجمہ نہیں کر گیا، اندر بزرگاں دی بزرگی بے شک بجا ہے. تسی نال اچھی وانا پڑھا کرو، تسی پہلے دن آیا، بزرگاں دی بزرگی او بے شک بجا ہے، نفع تے کاٹے دا مالک خدا ہے. اے اہل حدیث دا اینا ہی فرق ہے، بزرگاں دی بزرگی او بے شک بجا ہے، نفے تے کاٹے دا مالک خدا ہے، اماماں دی امامت بے شک بجا ہے. اللہ دو جلال دی قسم ہے، اسی انہیں جی امام ابو حنیفہ دی توہین کرے او بے ایمان، یا امام شافعی دی توہین کرے بے ایمان، یا امام مالک دی توہین کرے بے ایمان، یا امام احمد بن حنبل دی توہین کرے او بے ایمان، یا کتاب و سنت منن والا ہوئے، کتاب و سنت دا پابند ہوئے، کتاب و سنت دی پیروی کرن والا ہوئے، جیڑا اودی توہین دا سوچے بھی او بے ایمان ہے.